ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਸਾਰੇ ਵੀ ਠੀਕ ਠਾਕ ਹੋਣਗੇ। ਸੋ ਜਿੱਦਾਂ ਕਿ ਬਈ ਸਾਰਿਆਂ ਨੂੰ ਵੀਰਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਕੁਵੈਤ ਦੇ ਵਿੱਚ ਜਿਹੜਾ ਫਿਰ ਤੋਂ ਲੋਕਡਾਊਨ ਜਿਹੜਾ ਵਾ ਉਹ ਲੱਗ ਗਿਆ ਵਾ 7 ਮਾਰਚ ਤੋਂ, ਬਈ ਸ਼ਾਮ ਦੇ 5 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਲੋਕਡਾਊਨ ਚੱਲਦਾ ਵਾ। ਉਹਦੇ ਕਰਕੇ ਬਈ ਜਿਹੜੀਆਂ ਆਪਾਂ ਜਿਹੜੀ ਵੀਡੀਓ ਵਾ ਉਹ ਨਹੀਂ ਹਜੇ ਕੋਈ ਵੀ ਪੋਸਟ ਕੀਤੀ ਸੀਗੀ, ਨਹੀਂ ਵੀਡੀਓ ਬਣਾਉਣ ਦਾ ਟਾਈਮ ਮਿਲਿਆ, ਕਿਉਂਕਿ ਬਈ ਸਾਰਿਆਂ ਦੇ ਕੰਮ ਦੀ ਟਾਈਮਿੰਗ ਜਿਹੜੀ ਆ ਉਹ ਸੇਮ ਹੋ ਗਈ ਆ, ਵੀ ਇੱਕੋ ਟਾਈਮ 'ਤੇ ਸਾਰੇ ਕੰਮ 'ਤੇ ਜਾਂਦੇ, ਇੱਕੋ ਟਾਈਮ 'ਤੇ ਆਉਂਦੇ। ਇਸ ਕਰਕੇ ਬਹੁਤ ਘੱਟ ਜਿਹੜਾ ਵਾ ਉਹ ਫ੍ਰੀ ਟਾਈਮ ਮਿਲਦਾ ਵਾ। ਮੇਰੀ ਬਈ ਜਿਹੜੀ ਸ਼ਿਫਟ ਆ ਉਹ ਚੇਂਜ ਹੋ ਗਈ ਆ, ਉਹਦੇ ਕਰਕੇ ਬਈ ਮੈਨੂੰ ਜਿਹੜਾ ਵਾ ਟਾਈਮ ਆ ਉਹ ਵੀਡੀਓ ਹੁਣ ਬਣਾਉਣ ਦਾ ਬਹੁਤ ਘੱਟ ਮਿਲਦਾ। ਇਸ ਕਰਕੇ ਬਈ ਮੈਂ ਜਿਹੜੀਆਂ ਵੀਡੀਓ ਆ ਹੁਣ ਕਾਫੀ ਦਿਨ ਹੋ ਗਿਆ ਨਹੀਂ ਕੋਈ ਪੋਸਟ ਕੀਤੀ, ਅਤੇ ਬਹੁਤ ਸਾਰੇ ਵੀਰਾਂ ਦੇ ਜਿਹੜੇ ਸਵਾਲ ਸੀ, ਕਮੈਂਟ ਸੀ ਨਾ, ਉਹਨਾਂ ਦੇ ਮੇਰੇ ਕੋਲ ਰਿਪਲਾਈ ਜਿਹੜੇ ਆ ਉਹ ਨਹੀਂ ਹੋਏ, ਕਿਉਂਕਿ ਬਈ ਡਿਊਟੀ ਜਿਹੜੀ ਆ ਉਹਦਾ ਮੇਰਾ ਟਾਈਮ ਜ਼ਿਆਦਾ ਵਾ, ਅਤੇ ਈਵਨ ਮੇਰੇ 10.5 ਘੰਟੇ ਡਿਊਟੀ ਆ, ਫਿਰ ਆਉਣਾ ਜਾਣਾ, ਫਿਰ ਹੈ ਨਾ ਵੀ ਉਹ 12 ਘੰਟਿਆਂ ਦੇ ਵਿੱਚ ਹੀ ਸਾਰਾ ਕੁਝ ਕਰਨਾ ਪੈਂਦਾ। ਅਤੇ ਇਸ ਕਰਕੇ ਬਈ ਮੈਨੂੰ ਟਾਈਮ ਜਿਹੜਾ ਉਹ ਨਹੀਂ ਮਿਲਿਆ ਹੈਗਾ ਕਾਫੀ ਦਿਨਾਂ ਤੋਂ। ਅੱਜ ਬਈ ਜਿਹੜਾ ਵਾ ਮੈਨੂੰ ਪਰਸਨਲ ਕੋਈ ਕੰਮ ਹੀ ਉਹਦੇ ਕਰਕੇ ਮੈਂ ਜਿਹੜਾ ਵਾ ਲੀਵ ਲਈ, ਅਤੇ ਬਈ ਮੈਂ ਤਾਂ ਕਰਕੇ ਵੀਡੀਓ ਜਿਹੜੀ ਬਣਾ ਕੇ ਬਈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕੁਵੈਤ ਦੇ ਵਿੱਚ ਬਈ ਜਿਹੜਾ ਵਾ ਲੋਕਡਾਊਨ ਆ ਉਹ ਫਿਰ ਤੋਂ ਜਿਹੜਾ ਵਾ ਲੱਗ ਗਿਆ ਵਾ। 7 ਮਾਰਚ ਦਾ ਬਈ ਲੱਗਾ ਵਾ, ਅਤੇ ਇਹ ਬਈ 7 ਅਪ੍ਰੈਲ ਤੱਕ ਜਿਹੜਾ ਵਾ 1 ਮਹੀਨੇ ਦਾ ਜਿਹੜਾ ਲੋਕਡਾਊਨ ਆ ਇਹ ਇਹਨਾਂ ਨੇ ਇੱਥੇ ਲਾਇਆ ਵਾ, ਸਵੇਰ ਦੇ 5 ਵਜੇ ਤੋਂ, ਯਾਨੀ ਕਿ ਸ਼ਾਮ ਦੇ 5 ਵਜੇ ਤੋਂ ਲੈ ਕੇ ਅਤੇ ਸਵੇਰ ਦੇ 5 ਵਜੇ ਤੱਕ। ਅਤੇ ਹੋ ਸਕਦਾ ਬਈ ਇਹ ਜਿਹੜਾ ਵਾ ਰਮਜ਼ਾਨ ਦੇ ਮਹੀਨੇ ਦੇ ਵਿੱਚ ਵੀ ਚਾਲੂ, ਯਾਨੀ ਕਿ ਜਾਰੀ ਰਹੇ, ਕਿਉਂਕਿ ਬਈ 14 ਅਪ੍ਰੈਲ ਤੋਂ ਬਾਅਦ ਵਿੱਚ ਜਿਹੜਾ ਰੋਜ਼ੇ ਆ ਉਹ ਸਟਾਰਟ ਹੋਏ ਜਿਹੜੇ ਇੱਥੇ, ਅਤੇ ਹੋ ਸਕਦਾ ਬਈ ਰੋਜ਼ਿਆਂ ਦੇ ਵਿੱਚ ਵੀ ਜਿਹੜਾ ਕਰਫਿਊ ਆ ਉਹ ਲੱਗਾ ਰਹੇ। ਇੱਦਾਂ ਦੀਆਂ ਬਈ ਨਿਊਜ਼ ਆਉਂਦੀਆਂ ਵਾ, ਬਟ ਹਜੇ ਕਨਫਰਮ ਨਹੀਂ ਹੋਇਆ, ਬਟ 1 ਮਹੀਨੇ ਦਾ ਜਿਹੜਾ ਵਾ ਉਹ ਕਨਫਰਮ ਆ ਵੀ 7 ਮਾਰਚ ਤੋਂ ਬਈ ਲੱਗਾ ਸੀਗਾ, ਅਤੇ 7 ਅਪ੍ਰੈਲ ਤੱਕ ਜਿਹੜਾ ਵਾ ਇਹ ਲੋਕਡਾਊਨ ਆ ਇਹ ਜਾਰੀ ਰਹਿਣਾ ਵਾ। ਅਤੇ ਜਿਹੜੀਆਂ ਫਲਾਈਟਾਂ ਵਾ ਉਹ ਵੀ ਬਈ 7 ਮਾਰਚ ਦੀਆਂ ਇਹਨਾਂ ਨੇ ਜਿਹੜੀਆਂ ਸਸਪੈਂਡ ਕੀਤੀਆਂ ਹੋਈਆਂ, 7 ਮਾਰਚ ਤੋਂ ਬਈ ਫਲਾਈਟਾਂ ਵੀ ਇੱਥੇ ਬੰਦ, ਅਤੇ 7 ਅਪ੍ਰੈਲ ਤੱਕ ਬਈ ਜਿਹੜੀਆਂ ਫਲਾਈਟਾਂ ਵਾ ਉਹ ਵੀ ਬੰਦ ਰਹਿਣੀਆਂ। ਅਤੇ ਫਿਰ ਮੈਂ ਤੁਹਾਨੂੰ ਦੱਸਦਾ ਵੀ ਹੋ ਸਕਦਾ ਬਈ ਅਗਲਾ ਮਹੀਨਾ ਵੀ ਜਿਹੜਾ ਵਾ ਉਹ ਲੋਕਡਾਊਨ ਦੇ ਵਿੱਚ ਫਿਰ ਲੰਘ ਜੇ, ਵੀ 12 ਘੰਟੇ ਪਹਿਲਾਂ ਤਾਂ ਬਈ 24 ਘੰਟਿਆਂ ਦਾ ਲੋਕਡਾਊਨ ਕੁਵੈਤ ਨੇ ਪ੍ਰੋਪਰ ਲਾਇਆ ਗਿਆ, ਬਟ ਹੁਣ 12 ਘੰਟਿਆਂ ਦਾ, ਕਿਉਂਕਿ ਬਈ ਕੁਵੈਤ ਦੇ ਵਿੱਚ ਜਿਹੜੇ ਕੇਸ ਆ ਉਹ ਫਿਰ ਕਾਫੀ ਜਿਹੜੇ ਆ ਉਹ ਵਧਣ ਲੱਗ ਗਏ ਆ। ਈਵਨ ਬਈ ਇੰਨੇ ਕੇਸ ਤਾਂ ਬਈ ਪਹਿਲਾਂ ਨਹੀਂ ਆਉਂਦੇ ਜਦੋਂ ਪੂਰਾ ਯਾਨੀ ਕਿ ਕਰੋਨਾ ਦੀ ਪੀਕ ਸੀ, ਹੈ ਨਾ, ਪਿਛਲੇ ਸਾਲ ਦੇ ਵਿੱਚ ਜਿਹੜਾ ਵਾ ਮਾਰਚ ਅਪ੍ਰੈਲ ਦੇ ਵਿੱਚ ਵੀ ਇੰਨੇ ਕੇਸ ਨਹੀਂ ਸੀ ਜਿੰਨੇ ਹੁਣ ਬਈ ਆਉਣ ਲੱਗ ਗਏ। ਪਹਿਲਾਂ ਬਈ ਔਸਤਨ ਜਿਹੜਾ 600-700 ਕੇਸ ਆਉਂਦਾ ਸੀ, ਬਟ ਬਈ ਹੁਣ 1200-1400 ਈਵਨ 1700-1700 ਕੇਸ 100 ਕੇਸ ਵੀ ਬਈ ਜਿਹੜਾ ਕੁਵੈਤ ਦੇ ਵਿੱਚ ਆ ਉਹ ਆਉਣ ਲੱਗ ਗਿਆ ਵਾ। ਅਤੇ ਬਈ ਡੈਥ ਵੀ ਜਿਹੜੀਆਂ ਪਹਿਲਾਂ ਦੇ ਮੁਕਾਬਲੇ ਇੱਥੇ ਜਿਹੜੀਆਂ ਵਾ ਕਰੋਨਾ ਦੇ ਜ਼ਿਆਦੀਆਂ ਹੋਣ ਲੱਗੀਆਂ, ਅਤੇ ਇਸ ਕਰਕੇ ਬਈ ਇਹਨਾਂ ਨੇ ਜਿਹੜਾ ਵਾ ਫਿਰ ਤੋਂ ਕਰ ਜਿਹੜਾ ਵਾ ਲੋਕਡਾਊਨ ਕਰਫਿਊ ਆ ਇਹ ਲਾ ਦਿੱਤਾ ਵਾ ਹੁਣ 12 ਘੰਟਿਆਂ ਦਾ, ਬਟ ਯਾਨੀ ਕਿ ਲਾਇਆ ਹੋਇਆ ਵਾ ਪਹਿਲਾਂ 24 ਘੰਟਿਆਂ ਦਾ ਸੀ। ਅਤੇ ਨਾਲ ਹੀ ਬਈ ਸਾਰੀਆਂ ਫਲਾਈਟਾਂ ਵਗੈਰਾ ਵੀ ਜਿਹੜੀਆਂ ਵਾ ਉਹ ਬੰਦ ਕੀਤੀਆਂ ਹੋਈਆਂ ਵਾ। ਅਤੇ ਜਿਹੜੇ ਵੀਰ ਬਈ ਆਪਾਂ ਨੂੰ ਜਿਹੜੇ ਵੀਰਾਂ ਦੇ ਜਿਹੜੇ ਸਵਾਲ ਆਏ ਗੇ ਉਹਨਾਂ ਦੇ ਬਈ ਮੈਂ ਜਿਹੜਾ ਰਿਪਲਾਈ ਕਰ ਦੇਣਾ ਚਾਹੁੰਦਾ, ਖਾਸ ਕਰਕੇ ਬਈ ਜਿਹੜੇ ਵੀਰ ਕਹਿੰਦੇ ਸਾਡਾ ਵੀਜ਼ਾ ਨਹੀਂ ਆਇਆ, ਕੁਵੈਤ ਦੀ ਜਿਹੜੀ ਡਿਮਾਂਡ ਆਈ ਸੀਗੀ ਅਤੇ ਆਪਾਂ ਜਿਹੜਾ ਵਾ ਉੱਥੇ ਆਪਣੇ ਜਿਹੜੇ ਪੇਪਰ ਦਿੱਤੇ ਸੀ ਉਹਨਾਂ ਬਾਅਦ 2-3 ਦਿਨ ਬਾਅਦ ਹੀ ਮੈਡੀਕਲ ਨਹੀਂ ਸੱਦ ਲਿਆ, ਅਤੇ ਮੈਡੀਕਲ ਦੇ ਪੈਸੇ ਵੀ ਲੈ ਅਤੇ ਥੋੜ੍ਹੇ ਥੋੜ੍ਹੇ ਜਿੱਦਾਂ ਵੀ 10,000 ਇੱਕ ਵੀਰ ਕਹਿੰਦਾ ਮੇਰੇ ਕੋਲ ਲਿਆ ਹੋਇਆ, ਬਟ ਮੇਰਾ ਜਿਹੜਾ ਹੁਣ ਵੀਜ਼ਾ ਵਾ ਉਹ ਨਹੀਂ ਆਉਣ ਡਿਆ ਭਾਅ ਜੀ ਆਹ ਕੰਪਨੀ ਦੀ ਜਿਹੜੀ ਕਿ ਇੰਟਰਵਿਊ। ਭਾਈ ਮੈਂ ਉਹ ਕੰਪਨੀ ਬਾਰੇ ਪਤਾ ਕੀਤਾ ਸੀ ਕਿ ਉਸੀ ਕੰਪਨੀ ਹੈ, ਅਤੇ ਉਹਦਾ ਬਾਈ ਕੋਈ ਵੀ ਡਿਮਾਂਡ ਜਿਹੜੀ ਆ ਉਹ ਨਹੀਂ ਗਈ। ਮੈਂ ਬੜੀਆਂ ਵੀਡੀਓ ਦੇ ਵਿੱਚ ਬਈ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਹੜੀ KOC ਆ ਉਹ ਸਿੱਧੇ ਬੰਦੇ ਬਈ ਬਹੁਤ ਘੱਟ ਰੱਖਦੇ ਆ, ਉਹ ਬਈ ਸਪਲਾਈ ਜਿਹੜੀਆਂ ਸਪਲਾਈ ਕੰਪਨੀਆਂ ਹੁੰਦੀਆਂ ਸਪਲਾਇਰ ਹੁੰਦੇ ਆ ਉਹਨਾਂ ਕੰਪਨੀਆਂ ਦੇ ਥਰੂ ਹੀ ਬਈ ਉਹ ਬੰਦੇ ਇੱਥੋਂ ਹੀ ਹਾਇਰ ਕਰ ਲੈਂਦੇ ਆ। ਵੀ ਜਿੱਦਾਂ ਮੰਨ ਲਓ ਉਹਨਾਂ ਨੂੰ ਕੋਈ 100 ਬੰਦੇ ਦੀ ਲੋੜ ਆ, ਅਤੇ ਬਈ ਉਹਨਾਂ 2 ਜਾਂ 4 ਜਿਹੜੇ ਸਪਲਾਇਰ ਆ ਜਾਂ ਸਪਲਾਈ ਕੰਪਨੀਆਂ ਵਾ ਉਹਨਾਂ ਨੂੰ ਕਹਿ ਦੇਣਾ, ਅਤੇ ਬਈ ਉਹਨਾਂ ਨੇ ਜਿਹੜੇ ਆ ਉਹ ਬੰਦੇ ਆ ਉਹਨਾਂ ਨੂੰ ਦੇ ਦੇਣੇ ਆ। ਉਹ ਬਹੁਤ ਬਈ ਵੀਜ਼ੇ ਜਿਹੜੇ ਆ ਉਹ ਈਵਨ ਲੇਬਰ ਦੇ ਵੀਜ਼ੇ 'ਤੇ ਬਈ ਉਹ ਘੱਲਦੇ ਹੀ ਨਹੀਂ ਆ, ਵੀ ਲੇਬਰ 'ਤੇ ਬਈ ਹਾਇਰ ਉਹ ਬਾਹਰੋਂ ਕਰਦੇ ਹੀ ਨਹੀਂ ਆ। KOC KNPC ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਵਾ ਇੱਥੋਂ ਦੀਆਂ ਉਹ ਨਹੀਂ ਹਾਇਰ ਕਰਦੀਆਂ, ਅਤੇ ਉਹ ਵੀਰ ਨੇ 15,000 ਰੁਪਇਆ ਵੀ ਲਾ ਲਿਆ ਵੀ 5,000 ਰੁਪਇਆ ਵੀਰ ਕਹਿੰਦਾ ਸੀ ਮੇਰਾ ਮੈਡੀਕਲ ਦਾ ਵੀ ਉਹਨਾਂ ਲੈ ਲਿਆ, ਅਤੇ 10,000 ਰੁਪਇਆ ਉਹਦੇ ਕੋਲੋਂ ਵੀ ਲਿਆ ਵਾ, ਬਟ ਹੁਣ ਜਿਹੜਾ ਵੀਜ਼ਾ ਉਹ ਨਹੀਂ ਹੁੰਦਾ। ਬਈ ਮੈਂ ਬਹੁਤ 1 ਸਾਲ ਹੋ ਗਿਆ ਕਹਿੰਦਿਆਂ ਨੂੰ ਵੀ ਬਈ ਹਜੇ ਕੁਵੈਤ ਦੇ ਵੀਜ਼ੇ ਨਹੀਂ ਨਿਕਲਣੇ, ਨਹੀਂ ਨਿਕਲਣੇ। ਕੋਈ ਵੀ ਕੰਪਨੀ ਜਿਹੜੀ ਆ ਉਹ ਆਪਣੀਆਂ ਡਿਮਾਂਡਾਂ ਜਿਹੜੀ ਆਪਣੇ ਇੰਡੀਆ ਜਾਂ ਕਿਤੇ ਵੀ ਆ ਉਹ ਨਹੀਂ ਭੇਜਣ ਦੀ, ਕਿਉਂਕਿ ਬਈ ਕੰਮ ਕਾਰ ਇੱਥੇ ਬਹੁਤ ਘੱਟ ਆ। ਆ ਹੁਣ ਫਿਰ ਲੋਕਡਾਊਨ ਲੱਗ ਗਿਆ ਬਈ 12 ਘੰਟਿਆਂ ਦਾ ਕੰਮ ਬਈ ਹੋਰ ਘੱਟ ਗਿਆ ਵਾ, ਅਤੇ ਇਸ ਕਰਕੇ ਬਈ ਮੈਂ ਪਹਿਲਾਂ ਵੀ ਵੀਡੀਓ 'ਚ ਦੱਸਿਆ ਹੁਣ ਵੀ ਦੱਸਿਆ ਵਾ ਬਈ ਕੋਈ ਵੀ ਹਜੇ ਜਿਹੜਾ ਵਾ ਤੁਹਾਨੂੰ ਕੋਈ ਵੀ ਜਿਹੜਾ ਕੋਈ ਕਹਿੰਦਾ ਨਾ ਤੁਹਾਨੂੰ ਬਿਨਾਂ ਮੈਂ ਇੰਟਰਵਿਊ ਦੇ ਵਿੱਚ ਵੀਜ਼ਾ ਦੇ ਦਿੰਦਾ ਉਹ ਬਈ ਸਮਝ ਲਓ 100 ਚੋਂ 99% ਬਈ ਉਹ ਬੰਦਾ ਫੇਕ ਆ, ਉਹਨੇ ਤੁਹਾਡੇ ਵੀਜ਼ੇ ਦੇ ਪੈਸਿਆਂ ਦਾ ਮਤਲਬ ਨਹੀਂ ਹੈ, ਉਹਨੂੰ ਉਹਦੇ ਮੈਡੀਕਲ ਦੇ ਪੈਸਿਆਂ ਦਾ ਮਤਲਬ ਵੀ ਅੱਜ ਉਹਨੇ ਤੁਹਾਡੇ ਕੋਲ ਪੇਪਰ ਲਏ ਆ 2 ਜਾਂ 3 ਦਿਨਾਂ ਬਾਅਦ ਉਹਨੇ ਕਹਿਣਾ ਤੁਹਾਡਾ ਪ੍ਰੀ ਮੈਡੀਕਲ ਹੋਣਾ, ਉਹਦਾ 4,000-5,000 ਰੁਪਇਆ ਉਹਨਾਂ ਨੇ ਚਾਰਜ ਕਰ ਲੈਣਾ, ਜਿਹੜਾ ਕਿ ਮੈਡੀਕਲ ਸਿਰਫ ਇੱਕ ਉਹ ਤੁਹਾਨੂੰ ਖੂਨ ਕੱਢਣਾ ਜਿਹੜਾ ਤੁਸੀਂ 12 ਜਾਂ 50 ਰੁਪਏ ਜਾਂ 100 ਰੁਪਏ 'ਚ ਵੀ ਕਰਵਾ ਸਕਦੇ, ਉਹਨਾਂ 4-5,000 ਰੁਪਇਆ ਤੁਹਾਡਾ ਹੋਰ ਚਾਰਜ ਕਰ ਲੈਣਾ,
कोई भी कंपनी भाई मैं तुहानू दसदा वी बिना इंटरव्यू तो जिहड़े आ वो इस टाइम करोना के टाइम के बई बंदे हायर नहीं करते, क्वैत के तो बिल्कुल ही नहीं करते बई, इतों दिन डिमांडा ही नहीं जान दी, क्योंकि बई इतने लगभग आपको एक साल हो चलिया बई इतने लॉकडाउन के, थोड़े चिरा खुला फिर लॉकडाउन लग गया है ना, तो इतने बई काम कार बहुत घट आ, इस करके बई क्वैत दी तो बिल्कुल ही डिमांडा नहीं जान दी। मैं पिछलिया भी दो तीन वीडियो के भी दस्या है भी वो बई एक कहता है बई मैंने आप पंपलेट मिलया वा, वो कहते भी क्वैत के वीजे जोड़े ओपन आ, मैं उदों भी दस्या ही सिर्फ खादम वीजे उदों मिल रहे हैं घरों के डोमैसटिक वर्कर जोड़े काम करने वाले आ उन्होंने वीजे ही निकल रहे ही, वो भी बई बहुत रेयर, वो भी बई हूँ इन्हें बंद करते लॉकडाउन के भी बहुत घट वीजे वो भी मिल रहे जिन्होंने घरों के काम करना है, जिदा बई घर कोई खाना पकाने कुक चाहिए वा, हाउस ड्राइवर चाहिए वा, उन्होंने माली चाहिए, ये बई डोमैसटिक वर्कर होंगे जोड़े घर जो काम करते हैं, ये बई जे सिविल जिदा आप कह दी कंपनियों के काम करने वाले वीजे नहीं होंगे, मैं उदों भी दस्या ही बई हूँ भी मैं दसदा क्वैत के वीजे बिल्कुल नहीं निकल रहे, वो बई ने अपनी जो मैं ऑफर लैटर सेंड की बई वो तुहाडा फेक है ओवर ऑफर लैटर ही, तुम सर्च करो बई क्वैत जो जॉब लैटर के एन पी या के ओ सी जॉब लैटर बई तुम हज़ार जो नैट के उत्ते फेक जो जॉब लैटर वो मिल जाएंगे, वो बई प्रिंट कढ़ा के जिते बई किसी होर का नाँ लिखा उत्थे बई वो तुहाडा नाँ लिख देंगे, तो जो पैसे है वो ले लेंगे, फिर बई तुम वो गेड़े तो गेड़ा है ना, बाद पैसे भी डुबदे आ टाइम भी थोड़ा खराब हों, तो वो बई दो जड़े बइया का बिल्कुल स्पैशली जो मैसेज आया बई कहता मैं 15,000 रुपया भी ला बैठा हूँ, बई तुम 5,000 रुपया तो उन्होंने बई वो नहीं देना तो जो भी मेडिकल का तुम देता हो जो तुम 10,000 रुपया दिता बई उन्होंने को वापस ले लो, तो वीजा जोड़ा वा वो नहीं आना, टाइम बई तुम खराब करने की जोड़ा वा हूँ लौट नहीं है ना, वो बई 10,000 रुपया लैके किसी होर पासे लाओ कोई काम करा है ना सीखो, जो वीजे ओपन हो गए बई उदो प्रॉपर इंटरव्यू दे के कंपनी के बई आओ, कोई भी कंपनी जी वधिया रेपूटे जी कंपनी की वधिया इज्जत आ वो बिना जिहड़ा वा तुहाडी ट्राई ले तो तुहाडी इंटरव्यू ले तो तुहानू हायर नहीं करूगी, ठीक है जी, कोई भी कंपनी की इत्थे जो कोई थोड़ी बाली इज्जत हैगी वधिया उहदा काम कार आ वो बई क्यों एक अनस्किल बंदे नू जिहड़ा हायर करूगी, तुसीं आप सोचो आप सियाणे जे है ना, तो इस करके बई थोड़ा हुण इत्थे लॉकडाउन लगा वीजे नहीं मिल रहे, तुसीं क्वैत ही आउणा बई वो उन्ना चिर तुम काम कर सीखो, कोई जेडे काम के आना चाहते वो काम चंगी तरह सीखो, फिर बई जो इतने हालात वधिया हो गए जो इतों की कोई असली डिमांड ओरिजिनल डिमांड जाऊगी फिर उस इंटरव्यू दो, तो फिर बई जरा इतने आओ, एवें बई आजाद वीजा के जो आ फेक एजेंटा के मगर लग के ना पैसे बर्बाद करने की लड़ नहीं हैगी, वो बई का हूँ 15,000 रुपया लगा वा, हूँ बई 15,000 रुपया भी उन्हें जो फादर ने बड़ी मेहनत ना जो कमाया होगा जोड़ा कि हूँ एक हिसाब का बई वेस्ट आ, उस बई 10,000 रुपया तो तुम बई उन्होंने को वापस लै सकते जी, उन्होंने कहो भी जो मैंने जॉब लैटर जो दिता ये उन्होंने वैबसाइट पर जाके जो एच आर का उन्होंने क्वैत के जो नंबर आ उत्ते कॉल करके उन्होंने कहा उन्होंने कन्फर्म करके दसो भी ये सच्ची डिमांड हैगी है सच्ची उन्होंने लोड़ आ, वो बई इदा नहीं करे क्योंकि बई उन्होंने नैट तो प्रिंट कढ़ के तुम देता सिर्फ तुहाडे को पैसे ले लिया, तो इस करके जिन्हें भीर बई क्वैत ईवन किसी भी गल्फ कंट्री के आना चाहते बई हजे गल्फ कंट्री का हजे तुम ना प्लैन करो क्योंकि बई बहुत घट कंट्रियां जिहड़ियां वा वीजे इशू कर दियां तो जिहड़ियां करन भी डईयां बई बहुत महीने का टाइम लगन डे उन्होंने, कोई भी तुहानू कहिंदा बिना इंटरव्यू तो तुहानू हफ्ते दे विच मैं बाहर भेज दूंगा 10 दिन दे विच बाहर भेज दूंगा, तो वह बई तुहाडे नाल जिहड़ा वा वह फ्रॉड कर दिया वा, कोई भी बंदा कोई भी एजेंट जिन्नी मर्जी बई उहदी पहुँच होवे वो तुहानू 10 दिन के अंदर हफ्ते के अंदर बाहर नहीं भेज सकता बिना इंटरव्यू तो, क्योंकि बई इत्थे हफ्ता हफ्ता 10 दिन ईवन महीना महीने तो बई हुण सून पास होण 'च लगन डे भी तुहाडा इग्जाम निकल जाए जां सारा है ना प्रोसैस होण 'च उत्थे बई उन्होंने आखर नू जाने कि एक अग्रीमेंट देना हों उ लेबर कोर्ट के जोड़ा उन्होंने लेबर अथॉरिटी है उतो उन्होंने वो पास करा के फिर बई जाने कि वीजा जोड़ा वो क्ढना आता वा, नैट तो बई 5 मिनटा वीजे निकल देंगे, इस करके थोड़ा आपदा जोड़ा वा तुम दिमाग भी बई वरतो, मैं तुम्हें फिर बेनती करता भी बई जिन्ना चिर हूँ इतने क्वैत कितने भी है लॉकडाउन चलन डे या वीजा नहीं मिल रहा बई उन्ना चिर तुम किस स्किल के जोड़ा वा अपना तुम टाइम जोड़ा वा वो लाओ, जे तुम ड्राइवरी करनी है तो बई ड्राइवरी प्रॉपर ड्राइवरी सीखो इंडिया का, हूँ बई इंडिया के लाइसेंस बन डे ईजी बन डे थोड़ा इंडिया का लाइसेंस बना लो है ना, इंडिया के थोड़ा गड्डी वगैरह चलाओ किसी स्कूल तो वधिया, जे तुम किसी ड्राइवर ना नहीं है ना गड्डी चलाना चाहते कोई स्कूल आ बई उतों तुम वधिया जी ट्रेनिंग कर लो भी कल जो इतने आन के तुम या ईवन उत्थे ट्राई देंगे जे पास हो जाते जे इतने गड्डी चलाते तुम जो वा प्रॉपर आ वो गड्डी चलानी जी आती हो, तो इस करके बई एवं फेक एजेंटा के जोड़ा मगर आ वो तो ही ना लगो भी जरा बई वेखो बई तुम आप ही सियाने जे क्वैत के बई 5 से 6 लाख रुपया लग जाता वा जो तुम आजाद वीजा लेंगे जे ड्राइवरी का,
ਈਵਨ ਜੇ ਤੁਸੀਂ ਕੰਪਨੀ ਦਾ ਵੀ ਵੀਜ਼ਾ ਲੈਂਦੇ ਤਾਂ ਬਈ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ 1 ਲੱਖ ਤੋਂ ਉੱਪਰ ਹੀ ਹੋਵੇ ਮਿਲੂਗਾ। ਈਵਨ ਲੇਬਰ ਦਾ ਵੀਜ਼ਾ ਵੀ, ਕੋਈ ਲੇਬਰ ਤੇ ਵੀ ਏਜੰਟ ਤੁਹਾਨੂੰ ਓਰੀਜਨਲ ਕੋਈ ਹੈ ਨਾ ਸੱਚੀ ਮੁੱਚੀ ਦਾ ਵੀ ਤੁਹਾਨੂੰ ਵੀਜ਼ਾ ਦੇਣ ਡਿਆ ਵਾ ਤਾਂ ਬਈ 1 ਲੱਖ ਤੋਂ ਉੱਪਰ ਹੀ ਦਊਗਾ। ਅਤੇ ਇਸ ਕਰਕੇ 10,000 5,000 'ਚ ਕੋਈ ਵੀਜ਼ੇ ਨਹੀਂ ਬਈ ਮਿਲਦੇ, ਅਤੇ ਐਵੇਂ ਬਈ ਆਪਣੇ ਪੈਸੇ ਵੇਸਟ ਨਾ ਕਰੋ, ਪਲੱਸ ਆਪਣਾ ਜਿਹੜਾ ਟਾਈਮ ਆ ਉਹ ਵੀ ਨਾ ਵੇਸਟ ਕਰੋ। ਅਤੇ ਤੁਸੀਂ ਬਈ ਕੋਈ ਵਧੀਆ ਕੰਮ ਸਿੱਖੋ, ਜਦੋਂ ਕੋਈ ਓਰੀਜਨਲ ਡਿਮਾਂਡ ਆਉਂਦੀ ਹੈ ਫਿਰ ਬਈ ਉੱਥੇ ਇੰਟਰਵਿਊ ਦੇ ਕੇ, ਅਤੇ ਫਿਰ ਬਈ ਜਿਹੜਾ ਵਾ ਉਹ ਬਾਹਰ ਦਾ ਜਿਹੜਾ ਤੁਸੀਂ ਆ ਉਹ ਪਲਾਨ ਕਰੋ। ਐਵੇਂ ਬਈ ਕਿਸੇ ਦੇ ਮਗਰ ਲੱਗ ਕੇ ਨਹੀਂ, ਜਾਣੀ ਕਿ ਕਰੀ ਜਾਊ ਵੀ ਉਹਨੇ ਕੀਤਾ ਮੈਂ ਵੀ ਕਰ ਦੂੰ, ਉਹ ਗਿਆ ਤਾਂ ਮੈਂ ਵੀ ਜਾਣਾ ਵਾ, ਇੱਦਾਂ ਨਹੀਂ ਹੈ ਬਈ ਹੁਣ ਗੱਲਾਂ ਛੱਡ ਦਿਓ। ਅਤੇ ਬਾਕੀ ਬਈ ਜਿਹੜੀਆਂ ਵੀਡੀਓ ਆ ਬਈ ਇਹ ਤੁਹਾਨੂੰ ਥੋੜ੍ਹੀਆਂ ਜਿਹੀਆਂ ਲੇਟ ਮਿਲਣਗੀਆਂ, ਕਿਉਂਕਿ ਬਈ ਤੁਹਾਨੂੰ ਪਤਾ ਇੱਥੇ ਕੁਵੈਤ ਦੇ ਵਿੱਚ ਲੋਕ ਮੈਂ ਫਿਰ ਦੱਸਤਾ ਵੀ ਚੱਲਣ ਡਿਆ ਵਾ, ਅਤੇ ਥੋੜ੍ਹਾ ਟਾਈਮ ਮੈਨੂੰ ਘੱਟ ਮਿਲ ਡਿਆ। ਬਾਕੀ ਹੋਰ ਕੋਈ ਜਿਹੜਾ ਤੁਹਾਨੂੰ ਕੋਈ ਸਵਾਲ ਆ, ਕੋਈ ਕੁਐਸਚਨ, ਅਤੇ ਬਈ ਤੁਸੀਂ ਕਮੈਂਟ ਕਰ ਸਕਦੇ, ਅਤੇ ਬਈ ਮੈਂ ਸਾਰੇ ਕਮੈਂਟਾਂ ਦੇ ਜਿਹੜੇ ਆ ਉਹ ਰਿਪਲਾਈ ਕਰਦਾ ਰਹਿੰਦਾ। ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ, ਵੀਡੀਓ ਵਧੀਆ ਲੱਗੀ ਤਾਂ ਬਈ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੀ ਤੁਹਾਨੂੰ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ। ਸੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।